ਹਾਂਜੀ ਸਟੂਡੈਂਟਸ ਵਰਕ ਆਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ ਤੇ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਬੀਏ ਫਰਸਟ ਸੈਮੈਸਟਰ ਆਫ ਫਰਸਟ ਦਾ ਇੰਗਲਿਸ਼ ਦਾ ਚੈਪਟਰ ਗਰੀਫ ਇਸ ਦਾ ਜਿਹੜੇ ਕੀ ਥੀਮ ਇਸ ਦਾ ਕੈਰੈਕਟਰ ਸਕੈਚ ਜੋ ਵੀ ਇਸ ਚੈਪਟਰ ਦੇ ਵਿੱਚ ਇੰਪੋਰਟੈਂਟ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਲੌਂਗ ਕੁਐਸਚਨ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਕੈਰੈਕਟਰ ਸਕੈਚ ਥੀਮ ਤੇ ਜਿਹੜੇ ਕੀ ਸਮਰੀ ਟੋਟਲੀ ਸਬ ਕੁਐਸਚਨਾਂ ਦਾ ਇੱਕੋ ਹੀ ਆਨਸਰ ਕਰਾਂਗੇ ਆਪਾਂ ਵਿਦ ਹੈਡਿੰਗਸ ਸੋ ਤਾਂ ਕਿ ਤੁਹਾਨੂੰ इजीली ਯਾਦ ਹੋ ਸਕੇ ਤੇ ਇਸ ਤੋਂ ਪਹਿਲਾਂ ਵਾਲੇ ਕਾਫੀ ਚੈਪਟਰਸ ਨਿਊਰੋਬੋਟ 7 ਚੈਪਟਰ ਜਿਹੜੇ ਕਿ ਅਪਲੋਡ ਹੋ ਚੁੱਕੇ ਨੇ ਤੁਸੀਂ ਉਹ ਵਾਲੇ ਵੀਡੀਓਜ਼ ਨਹੀਂ ਦੇਖਿਆ ਅਗਰ ਉਹਨਾਂ ਨੂੰ ਜ਼ਰੂਰ ਵਾਚ ਕਰੋ ਪਲੇਲਿਸਟ ਬੀ ਐਸ ਇੰਗਲਿਸ਼ ਪਲੇਲਿਸਟ ਬਣੀ ਹੋਈ ਆ ਇਸ ਤੋਂ ਇਲਾਵਾ ਗ੍ਰਾਮਰ ਦੇ ਟੌਪਿਕਸ ਵੀ ਕਾਫੀ ਅਪਲੋਡ ਕੀਤੇ ਹੋਏ ਨੇ ਹਾਂਜੀ ਗ੍ਰੀਫ ਆ ਜਿਹੜੀ ਕਿ ਸਟੋਰੀ ਹੈ ਇਹ ਐਨਨ ਚੈਕốp ਦੀ ਜਿਹੜੀ ਕਿ ਇਹ ਸਟੋਰੀ ਲਿਖੀ ਹੋਈ ਆ ਅਨਟੋਨ ਚੈਕốp ਦੀ ਸੋ ਇਸ ਦੇ ਵਿੱਚ ਜਿਹੜਾ ਆਇਓਨਾ ਪਾਰਟ ਆਫ ਇਸ ਦੀ ਸਟੋਰੀ ਹੈ ਜਿਸ ਦੇ ਵਿੱਚ ਉਹਦੇ ਜਿਹੜੇ ਕਿ ਬੇਟੇ ਦੀ ਡੈਥ ਹੋ ਚੁੱਕੀ ਹੁੰਦੀ ਹੈ ਤੇ ਉਹ ਬਹੁਤ ਹੀ ਇਕੱਲਾ ਮਹਿਸੂਸ ਕਰਦਾ ਕਿ ਉਹ ਆਪਣਾ ਦੁੱਖ ਕਿਸ ਨੂੰ ਸਾਂਝਾ ਕਰ ਸਕੇ ਕਿ ਉਸਦੇ ਬੇਟੇ ਦੀ ਡੈਥ ਹੋ ਚੁੱਕੀ ਹੈ ਉਹ ਆਪਣਾ ਜਿਹੜਾ ਮਨ ਦਾ ਬੋਝਨ ਹੈ ਮਤਲਬ ਕਿ ਮਨ ਦੇ ਵਿੱਚ ਜਿਹੜਾ ਦੁੱਖ ਹੈ ਉਹਨੂੰ ਹੌਲਾ ਕਰਨਾ ਚਾਹੁੰਦਾ ਦੂਜਿਆਂ ਨੂੰ ਦੱਸ ਕੇ ਬਟ ਉਹਨੂੰ ਕੋਈ ਵੀ ਅਜਿਹਾ ਇਨਸਾਨ ਨਹੀਂ ਦਿਖਦਾ ਜਿਹੜਾ ਉਹਦੀ ਗੱਲ ਦੇ ਵਿੱਚ ਇੰਟਰਸਟ ਲਵੇ ਦੋਸਤੋ ਸਾਰਾ ਕੁਝ ਪੁੱਛੇ ਕਿ ਉਹਦੇ ਬੇਟੇ ਨੂੰ ਕੀ ਹੋ ਗਿਆ ਸੀ ਕਿਵੇਂ ਕਿੰਨੇ ਦਿਨੋਂ ਬਿਮਾਰ ਰਿਹਾ ਕਿ ਉਹਨੂੰ ਉਹ ਮਾਰੀ ਸੀ ਕੋਈ ਵੀ ਉਹਨੂੰ ਐਜਾ ਨਹੀਂ ਮਿਲੇ ਜਿਸਦੇ ਕੋਲ ਉਹ ਆਪਣੀ ਸਾਰੀ ਸਟੋਰੀ ਦੱਸ ਸਕੇ ਉਹ ਉਸ ਦਾ ਦੁੱਖ ਹੈ ਜਿਹੜੇ ਕਿ ਇਸ ਸਟੋਰੀ ਦੇ ਵਿੱਚ ਡਿਸਕ੍ਰਾਈਬ ਕੀਤਾ ਹੋਇਆ ਸੋ ਐਂਡ ਦੇ ਵਿੱਚ ਉਹ ਜਿਹੜੇ ਕਿ ਆਪਣਾ ਦੁੱਖ ਹੈ ਉਹ ਕਿਹਦੇ ਅੱਗੇ ਸਾਰਾ ਦੱਸਦਾ ਇੱਕ ਹਾਰਸ ਦੇ ਅੱਗੇ ਇੱਕ ਘੋੜੇ ਦੇ ਅੱਗੇ ਸਾਰਾ ਦੁੱਖ ਦੱਸਦਾ ਤੇ ਉਹਨੂੰ ਉਹੀ ਹੀ ਲੱਗਦਾ ਜਿਹੜੇ ਕਿ ਉਹਨੂੰ ਕੋਈ ਵੀ ਇਨਸਾਨ ਨਹੀਂ ਮਿਲਦਾ ਜਿਹੜਾ ਉਹਦਾ ਦੁੱਖ ਸੁਣ ਕੇ ਉਹਦੇ ਨਾਲ ਕੋਈ ਸਾਂਝ ਪੈਦਾ ਕਰ ਸਕੇ ਸਿਰਫ ਉਹਨੂੰ ਇੱਕ ਐਨੀਮਲ ਦੇ ਅੱਗੇ ਜਿਹੜੇ ਕਿ ਆਪਣਾ ਦੁੱਖ ਸਾਂਝਾ ਕਰਨਾ ਪੈਂਦਾ ਉਹ ਇਸ ਦੇ ਵਿੱਚ ਸਟੋਰੀ ਹੈ ਹਾਂਜੀ ਅਗਰ ਤੁਹਾਨੂੰ ਥੀਮ ਆਉਂਦੀ ਹੈ ਤਾਂ ਵੀ ਤੁਸੀਂ ਇਹੀ ਆਨਸਰ ਕਰਨਾ ਅਗਰ ਇਸ ਦੇ ਵਿੱਚ ਕੈਵ ਡਰਾਈਵਰ ਮਿਸਰੀਜ਼ ਹੋ ਗਿਆ ਦੁੱਖ ਉਹਦੇ ਦੁੱਖ ਜਿਹੜੇ ਕਿ ਕੀ ਕਾਰਨ ਸੀ ਅਗਰੇ ਕੁਐਸਚਨ ਆਜੇ ਤਾਂ ਵੀ ਤੁਸੀਂ ਇਹੀ ਆਨਸਰ ਲਿਖਣਾ ਕੈਰੈਕਟਰ ਸਕੈਚ ਬਰੀਫ ਸਟੋਰੀ ਡਿਸਕਰਾਇਬ ਹਾਊ ਐਨੋਬਟਾਪ ਟਰਾਇਸ ਟੂ ਟਾਕ ਅਬਾਊਟ ਹਿਸ ਪੇਨ ਟੂ ਅਦਰਸ ਬਟ ਹੀ ਫੇਲਸ ਮਤਲਬ ਕਿ ਉਹ ਕਿਉਂਕਿ ਮੈਂ ਕੋਸ਼ਿਸ਼ ਕਰਦਾ ਦੂਜਿਆਂ ਨਾਲ ਗੱਲ ਕਰਨ ਦੀ ਆਪਣਾ ਦੁੱਖ ਸਾਂਝਾ ਕਰਨ ਦੀ ਬਟ ਉਹ ਫੇਲ ਹੋ ਜਾਂਦਾ ਕਾਮਯਾਬ ਕਿਉਂ ਨਹੀਂ ਹੁੰਦਾ ਹਾਂਜੀ ਅਗਰ ਤੁਹਾਨੂੰ ਥੀਮ ਆਵੇ ਤੁਸੀਂ ਫਸਟ ਜਿਹੜੇ ਕਿ ਹੈਡਿੰਗ ਥੀਮ ਬਣਾਉਗੇ ਅਗਰ ਤੁਹਾਨੂੰ ਥੀਮ ਨਹੀਂ ਆਉਂਦੀ ਕੋਈ ਹੋਰ ਕੁਸਚਨ ਆਉਣਾ ਤੁਸੀਂ ਇੰਟਰੋਡਕਸ਼ਨ ਦੇ ਦੋਗੇ ਗਰੀਫ ਇਜ਼ ਅ ਡੀਪਲੀ 무ਵਿੰਗ ਸਟੋਰੀ ਬਾਈ ਐਂਟਨ ਚੈਕੋਵ ਐਂਟਨ ਚੈਕੋਵ ਕੋ ਦੁਆਰਾ ਲਿਖੀ ਹੋਈ ਹੈ ਬਹੁਤ ਹੀ ਦਿਲ ਨੂੰ ਜਿਹੜੇ ਕਿ ਝੰਜੋੜਨ ਵਾਲੀ ਸਟੋਰੀ ਹੈ ਅ ਮੈਨ ਹੈਜ਼ ਅ ਸਟਰੋਂਗ ਡਿਜ਼ਾਇਰ ਟੂ ਐਕਸਪ੍ਰੈਸ ਹਿਸ ਫੀਲਿੰਗਸ ਆਫ ਯੂਆਈ ਐਸ ਵੈਲ ਐਸ ਸੋਲੋ ਕਨਮਨੁੱਖ ਮਨੁੱਖ ਦੇ ਕੋਲ ਮਨੁੱਖ ਦੇ ਅੰਦਰ ਜਿਹੜੀ ਕਿ ਮਨ ਦੇ ਵਿੱਚ ਇੱਕ ਬਹੁਤ ਹੀ ਸਟਰੋਂਗ ਡਿਜ਼ਾਇਰ ਇੱਕ ਬਹੁਤ ਵੱਡੀ ਇੱਛਾ ਹੁੰਦੀ ਹੈ ਕਿ ਉਹ ਆਪਣਾ ਚਾਹੇ ਦੁੱਖ ਹੈ ਚਾਹੇ ਸੁੱਖ ਹੈ ਉਹ ਦੂਜਿਆਂ ਦੇ ਨਾਲ ਸਾਂਝਾ ਕਰਨ ਦੀ ਉਹਦੇ ਮਨ ਦੇ ਵਿੱਚ ਜਿਹੜੇ ਕਿ ਫੀਲਿੰਗ ਹੁੰਦੀਆਂ ਨੇ ਵੈਨ ਹੀ ਹੈਜ਼ 기ਵਨ ਐਨ ਐਕਸਪ੍ਰੈਸ਼ਨ ਟੂ ਹਿਸ ਫੀਲਿੰਗਸ ਆਫ ਜੁਆਇ ਐਸ ਵੈਲ ਐਸ ਸੋਰੋ ਤੇ ਜਦੋਂ ਵੀ ਉਹ ਕੋਸ਼ਿਸ਼ ਕਰਦਾ ਹੈ ਜਿਹੜੀ ਕਿ ਆਪਣੇ ਦੁੱਖ ਔਰ ਖੁਸ਼ੀਆਂ ਦੂਜੇ ਦੇ ਨਾਲ ਸਾਂਝਾ ਕਰਨ ਦੀ ਬਟ ਇਫ ਹੀ ਫੇਲਸ ਟੂ ਫਾਇੰਡ ਅ ਪੇਸ਼ੀਐਂਟ ਲਿਸਨਰ ਬਟ ਜੇ ਉਹ ਅਸਫਲ ਹੋ ਜਾਂਦਾ ਹੈ ਇੱਕ ਅਹਜਾ ਸਰੋਤਾ ਲੱਭਣ ਦੇ ਲਈ ਜਿਹੜਾ ਉਸ ਦੀ ਐਨ ਵਿਸਥਾਰ ਦੇ ਵਿੱਚ ਸਟੋਰੀ ਸੁਨੇ ਪੇਸ਼ੀਐਂਟ ਦੇ ਨਾਲ ਸਟੋਰੀ ਸੁਨੇ ਠੀਕ ਹੈ ਹੀ ਇਜ਼ ਲੋਸਟ ਇਨ ਅ ਡੀਪ ਥਿੰਕਿੰਗ ਤਾਂ ਉਹ ਬਹੁਤ ਹੀ ਡੂੰਘੀ ਸੋਚ ਦੇ ਵਿੱਚ ਚਲਾ ਜਾਂਦਾ ਮੋਸਟ ਆਫ ਦਾ ਪੀਪਲ ਆਰ ਸੈਲਫਿਸ਼ ਦੁਨੀਆ ਦੇ ਵਿੱਚ ਸਾਰੇ ਲੋਕ ਆ ਜਿਹੜੇ ਕਿ ਜ਼ਿਆਦਾਤਰ ਸੈਲਫਿਸ਼ ਨੇ ਦੇ ਆਰ ਨੋਟ ਬਾਦਰਡ ਅਬਾਊਟ ਦਾ ਸੌਰਰਸ ਆਫ ਅਦਰਸ ਤੇ ਉਹ ਦੂਜਿਆਂ ਦੇ ਦੁੱਖਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਨੈਕਸਟ ਤੁਸੀਂ ਸੈਂਟਰਲ ਫਿਗਰ ਠੀਕ ਹੈ ਇੱਕ ਹੈਡਿੰਗ ਦੇ ਸਕਦੇ ਹੋ ਜਾਂ ਜਿਹੜਾ ਕਿ ਪਾਟ ਆਫ ਉਹੀ ਹੈਡਿੰਗ ਦੇ ਸਕਦੇ ਹੋ ਜਾਂ ਕੈਵ ਡਰਾਈਵਰ ਆ ਪੂਰ ਕੈਵ ਡਰਾਈਵਰ ਤੁਸੀਂ ਹੈਡਿੰਗ ਦੇ ਸਕਦੇ ਹੋ ਜੋ ਜਿਹੜੀ ਵੀ ਤੁਹਾਨੂੰ ਹੈਡਿੰਗ ਸੌਖੀ ਲੱਗਦੀ ਉਸਦੀ ਉਹ ਹੈਡਿੰਗ ਇੱਥੇ ਦੇ ਸਕਦੇ ਹੋ ਪੂਰ ਕੈਵ ਡਰਾਈਵਰ ਦੇ ਸਕਦੇ ਹੋ ਜਾਂ ਸੈਂਟਰਲ ਫਿਗਰ ਆਫ ਦਾ ਸਟੋਰੀ ਵਿਉ ਮੁੱਖ ਪਾਤਰ ਨੇ ਸਟੋਰੀ ਦੇ ਤੁਸੀਂ ਉਹ ਦੇਸਾ ਦੇ ਸਕਦੇ ਹੋ ਹੈਡਿੰਗ ਜਿਵੇਂ ਮਰਜ਼ੀ ਤੁਹਾਨੂੰ ਠੀਕ ਲੱਗੇ ਠੀਕ ਹੈ ਐਨ ਆ ਪਾਟ ਆਫ ਇਸ ਦਾ ਸੈਂਟਰਲ ਫਿਗਰ ਇਨ ਦਾ ਚੈਕ ਆਫ ਸਟੋਰੀ ਗਰੀਫ ਗਰੀਫ ਜਿਹੜੀ ਇਹ ਸਟੋਰੀ ਐ ਐਂਡੋਂ ਚੈਕ ਆਫ ਦੀ ਲਿਖੀ ਹੋਈ ਉਹਦੇ ਵਿੱਚ ਇੱਕ ਮੁੱਖ ਪਾਤਰ ਆ ਸੈਂਟਰਲ ਫਿਗਰ ਆ ਇਹ ਹੀ ਇਜ਼ ਅ ਪੂਅਰ ਕੈਬ ਡਰਾਈਵਰ ਉਹ ਕੀ ਹੈ ਇੱਕ ਪੂਅਰ ਕੈਬ ਡਰਾਈਵਰ ਆ ਮਤਲਬ ਕਿ ਬੱਗੀ ਚਲਾਉਣ ਵਾਲਾ ਉਹਨਾਂ ਹੂ ਹੈਜ਼ ਲੋਸਟ ਹੀ ਸਨ ਉਹਨਾਂ ਉਹ ਪਾਤਰ ਆ ਜੋ ਆਪਣੇ ਬੇਟੇ ਨੂੰ ਗਵਾ ਚੁੱਕਿਆ ਹੀ ਇਜ਼ ਹਰਟ ਇਜ਼ ਫੀਲਡ ਫੀਲਡ ਵਿਦ ਗਰੀਫ ਤੇ ਉਹਦਾ ਦਿਲ ਆ ਜਿਹੜਾ ਕਿ ਪੂਰਾ ਦੁੱਖ ਦੇ ਨਾਲ ਭਰਿਆ ਹੋਇਆ ਬਟ ਹੀ ਫੇਲਸ ਟੂ ਫਾਈਂਡ ਅ ਮੈਨ ਬਿਫੋਰ ਹੂਮ ਹੀ ਕੁਡ ਅਨਬਰਡਨ ਹੀ ਇਜ਼ ਹਰਟ ਬਟ ਤੋਹੇ ਇਹ ਲੱਭਣ ਦੇ ਵਿੱਚ ਉਹ ਸਫਲ ਹੋ ਜਾਂਦਾ ਹੈ ਕੋਈ ਇਹ ਜਾਂ ਇਨਸਾਨ ਕੋਈ ਇਹ ਜਾਂ ਆਦਮੀ ਜਿਸ ਦੇ ਅੱਗੇ ਉਹ ਆਪਣਾ ਸਾਰਾ ਦੁੱਖ ਦੱਸ ਕੇ ਆਪਣਾ ਵਜਨਾ ਜਿਹੜੇ ਕਿ ਆਪਣੇ ਦਿਲ ਦਾ ਵਜਨਾ ਹੌਲਾ ਕਰ ਸਕੇ ਠੀਕ ਹੈ ਅਨਬਰਡਨ ਕਰ ਸਕੇ ਮਤਲਬ ਕਿ ਮਨ ਹੌਲਾ ਕਰ ਸਕੇ ਜਿਹੜਾ ਮਨ ਦੇ ਵਿੱਚ ਬੋਝ ਚੱਕਿਆ ਹੋਇਆ ਉਹਨੂੰ ਉਤਾਰ ਸਕੇ ਨੈਕਸਟ ਗਰੀਫ ਸਟ੍ਰਿਕਨਸ ਮਤਲਬ ਕਿ ਦੁੱਖ ਦੇ ਨਾਲ ਮਾਰਿਆ ਹੋਇਆ ਜਾਂ ਭਰਿਆ ਹੋਇਆ ਹੀ ਇਜ਼ ਅ ਗਰੀਫ ਸਟ੍ਰਿਕਨਸ ਐਉਨਾ ਪੋਟਾ ਜਿਹੜੇ ਕਿ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ ਹੀਸ son ਵੈਰੀ ਨੇ ਦੇ ਸੰ ਦਾ ਨੇਮ ਹੈ ਡਾਈਡ ਓਨਲੀ ਰੀਸੈਂਟਲੀ ਹੁਣੇ ਹੁਣੇ ਜਿਹੜੇ ਕਿ ਉਸਦੇ ਬੇਟੇ ਦੀ ਡੈਥ ਹੋਈ ਆ ਉਹ ਬੇਟੇ ਦਾ ਨਾਮ ਵੀ ਤੁਸੀਂ ਲਰਨ ਕਰ ਸਕਦੇ ਹੋ ਠੀਕ ਹੈ ਡੂ ਟੂ ਸਮ ਡਿਸੀਜ਼ ਕੁਝ ਬਿਮਾਰੀ ਦੇ ਕਰਕੇ ਮਤਲਬ ਕਿ ਉਹਨੂੰ ਫੀਵਰ ਹੋ ਗਿਆ ਸੀ ਫੀਵਰ ਜਿਹੜਾ ਕਿ ਉਹ ਠੀਕ ਨਹੀਂ ਹੋਇਆ ਦੈਟ ਇਜ਼ ਵੇ ਉਸਦੀ ਡੈਥ ਹੋ ਗਈ ਸੀ ਹੀ ਵਾਂਟਡ ਟੂ ਸ਼ੇਅਰ ਹਿਸ ਗਰੀਫ ਵਿਦ ਸਮਵਨ ਤੇ ਉਹ ਆਪਣਾ ਦੁੱਖਾ ਕਿਸੇ ਵੀ ਦੂਜੇ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਬਟ ਹੀ ਫਾਊਂਡ ਨੋ ਲਿਸਨਰ ਬਟੋ ਕੀ ਲੱਭਦਾ ਕਿ ਉਹਨੂੰ ਕੋਈ ਵੀ ਇਹ ਜਾਂ ਕੋਈ ਸਰੋਤਾ ਨਹੀਂ ਲੱਭਦਾ ਜਿਸ ਦੇ ਉਹ ਆਪਣਾ ਦੁੱਖ ਸਾਂਝਾ ਕਰ ਸਕੇ ਲਿਸਨਰ ਕੋਈ ਵੀ ਉਹਨੂੰ ਨਹੀਂ ਲੱਭਦਾ ਜਿਹੜਾ ਉਹਦਾ ਦੁੱਖ ਸੁਣ ਸਕੇ ਨੈਕਸਟ 4th ਦੇ ਵਿੱਚ ਇੱਕ ਆਫੀਸਰ ਉਹਨੂੰ ਮਿਲਦਾ ਜਿਸ ਨੂੰ ਉਹ ਦੱਸਣ ਦੀ ਕੋਸ਼ਿਸ਼ ਕਰਦਾ ਅਗਲਾ ਹੈਡਿੰਗ ਤੁਸੀਂ ਬਣਾ ਸਕਦੇ ਹੋ ਠੀਕ ਹੈ ਐਨ ਆਫੀਸਰ ਐਨ ਆਫੀਸਰ ਟੋਲਡ ਹਿਮ ਟੂ ਕੈਰੀ ਹਿਮ ਟੂ ਵਿਵੋ ਇੱਕ ਆਫੀਸਰ ਆਉਂਦਾ ਤੇ ਉਹ ਨੂੰ ਕਹਿੰਦਾ ਕਿਉਂਕਿ ਇਹ ਬੱਗੀ ਚਾਲਕ ਸੀ ਮਤਲਬ ਕਿ ਕੈਬ ਡਰਾਈਵਰ ਸੀ ਇਹਨੂੰ ਕਹਿੰਦਾ ਕਿ ਉਹ ਉਹ ਨੂੰ ਜਿਹੜੀ ਕਿ ਕਿੱਥੇ ਤੱਕ ਲੈ ਕੇ ਜਾਵੇ ਵੀਵੋਰ ਤੱਕ ਲੈ ਕੇ ਜਾਵੇ ਆਇਓਨਾ ਵੀ ਗੇਨ ਟੂ ਡਰਾਈਵ ਦਾ ਕੈਬ ਆਇਓਨਾ ਜਿਹੜੀ ਕਿ ਆਪਣੇ ਕੈਬ ਨੂੰ ਚਲਾਉਣ ਚਲਾਉਣ ਲੱਗਦਾ ਬਟ ਹੀ ਇਜ਼ ਹਰਟਫਿਲਡ ਵਿਦ ਗਰੀਫ ਪਰ ਉਹਦਾ ਜਿਹੜਾ ਦਿਲਾ ਉਹ ਪੂਰਾ ਦੁੱਖਾਂ ਦੇ ਨਾਲ ਭਰਿਆ ਹੋਇਆ ਹੀ ਕੁਡਨਟ ਡਰਾਈਵ ਦਾ ਕੈਬ ਪ੍ਰੋਪਰਲੀ ਤੇ ਉਹ ਜਿਹੜਾ ਕਿ ਕੈਬ ਉਹ ਚੰਗੇ ਤਰੀਕੇ ਨਾਲ ਨਹੀਂ ਚਲਾ ਪਾਉਂਦਾ ਨਹੀਂ ਚਲਾ ਸਕਦਾ ਸੀ ਅ ਕੋਚਮੈਨ ਔਨ ਦਾ ਵੇ ਅਬਿਊਜ਼ਡ ਹਿਮ ਇੱਕ ਜਿਹੜਾ ਕੋਚਮੈਨ ਸੀ ਰਸਤੇ ਦੇ ਵਿੱਚ ਉਹਨੇ ਉਹਨੂੰ ਜਿਹੜੇ ਕਿ ਅਬਿਊਜ਼ ਬੋਲਿਆ ਮਤਲਬ ਕਿ ਗਾਲੀ ਗਲੋਚ ਦਿੱਤੀ ਐਨ ਆਫੀਸਰ ਆਲਸੋ ਅਬਿਊਜ਼ਡ ਤੇ ਇੱਕ ਜਿਹੜਾ ਆਫੀਸਰ ਸੀ ਉਹਨੇ ਵੀ ਉਹਨੂੰ ਜਿਹੜਾ ਉਹਦੇ ਕੈਬ ਦੇ ਵਿੱਚ ਹੀ ਬੈਠਾ ਸੀ ਉਹਨੇ ਵੀ ਉਹਨੂੰ ਗਲਤ ਬੋਲਿਆ ਹੀ ਉਹ ਨਾ ਵਾਂਟ ਟੂ ਐਕਸਪ੍ਰੈਸ ਹਿਸ ਫੀਲਿੰਗਸ ਇਹ ਉਹਨਾਂ ਜਿਹੜੇ ਕਿ ਆਪਣੇ ਫੀਲਿੰਗਸ ਨੇ ਉਹਨੂੰ ਦੱਸਣਾ ਚਾਹੁੰਦਾ ਸੀ ਐਕਸਪ੍ਰੈਸ ਕਰਨਾ ਚਾਹੁੰਦਾ ਸੀ ਹੀ ਟੋਲਡ ਦਾ ਆਫੀਸਰ ਥੈਟ ਹੀ ਸਨ ਡਾਈਡ ਲਾਸਟ ਵੀਕ ਤੇ ਉਹਨੇ ਆਫੀਸਰ ਨੂੰ ਦੱਸਿਆ ਕਿ ਉਹਦੇ ਬੇਟੇ ਦੀ ਲਾਸਟ ਹਫਤੇ ਪਿਛਲੇ ਹਫਤੇ ਡੈਥ ਹੋ ਗਈ ਬਟ ਦਾ ਆਫੀਸਰ ਡਿਡਨਟ ਸੀਮ ਟੂ ਲਿਸਨ ਟੂ ਯੋਨਾ ਬਟ ਆਫੀਸਰ ਨੇ ਕੋਈ ਵੀ ਜਿਹੜੇ ਕੀ ਉਹਦੀ ਗੱਲ ਦਾ ਧਿਆਨ ਨਾ ਦਿੱਤਾ ਜਾਂ ਡਿਡਨਟ ਲਿਸਨ ਐਨਾ ਵੀ ਲਿਖ ਸਕਦੇ ਵੀ ਉਹਨੇ ਉਹਦੀ ਗੱਲ ਨਾ ਸੁਣੀ ਠੀਕ ਹੈ ਨੈਕਸਟ ਫੇਰ 3 ਯੰਗ ਮੈਨ ਅਗਲਾ ਹੈਡਿੰਗ then the three young men asked uh, ayona to carry them um, them to the police ਬ੍ਰਿਜ ਤਾਂ ਤਿੰਨ ਜਿਹੜੇ ਸੀ ਨੌਜਵਾਨਸ ਜਿਹੜੇ ਆਪਸ ਦੇ ਵਿੱਚ ਲੜ ਰਹੇ ਸੀ ਠੀਕ ਹੈ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸੀ ਦੇਅਰ ਕ્રોલਿੰਗ ਲਿਖਿਆ ਦੁਸੀਂ ਵੀ ਆਪਸ ਦੇ ਵਿੱਚ ਲੜ ਰਹੇ ਸੀ ਗਾਲਾਂ ਕੱਢ ਰਹੇ ਸੀ ਉਹ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਜਿਹੜੇ ਕਿ ਪੁਲਿਸ ਬ੍ਰਿਜ ਤੱਕ ਲੈ ਕੇ ਜਾਵੇ ਦੇ ਵਰ ਡਰੰਕ ਉਹ ਸ਼ਰਾਬ ਪੀ ਰਹੇ ਸੀ ਸ਼ਰਾਬੀਤੀ ਹੋਈ ਸੀ ਉਹਨਾਂ ਨੇ ਦੇ ਅਬਿਊਜ਼ਡ ਈਚ ਅਦਰ ਤੇ ਇੱਕ ਦੂਜੇ ਨੂੰ ਉਹ ਗਾਲੀ ਗਲੋਚ ਦੇ ਰਹੇ ਸੀ ਵਨ ਆਫ 뎀 ਵਾਸ ਸਮਾਲ ਉਹਨਾਂ ਦੇ ਵਿੱਚੋਂ ਇੱਕ ਬਹੁਤ ਜ਼ਿਆਦਾ ਛੋਟਾ ਸੀ ਐਂਡ ਹਮ ਬੈਕ ਤੇ ਉਹਦੀ ਜਿਹੜੀ ਕਿ ਕੁਬਾ ਸੀ ਉਹਦਾ ਮਤਲਬ ਕਿ ਇੱਕ ਛੋਟਾ ਸੀ ਉਹ ਕੁਬਾ ਸੀ ਤਾਂ ਅਦਰ ਟੂ ਵਰ ਟਾਲ ਐਂਡ ਥਿਨ ਤੇ ਦੋ ਆ ਜਿਹੜੇ ਕਿ ਉਹਨਾਂ ਦੇ ਵਿੱਚੋਂ ਲੰਬੇ ਸੀ ਤੇ ਪਤਲੇ ਸੀ ਦੇ ਅਬਿਊਜ਼ਡ ਓਨ ਫੋਰ ਡਰਾਈਵਿੰਗ ਦਾ ਕੈਬ ਕੇਅਰਲੈਸਲੀ ਤੇ ਉਹਨਾਂ ਨੇ ਉਹਨਾਂ ਨੂੰ ਜਿਹੜੇ ਕਿ ਅਬਿਊਜ਼ਡ ਬੋਲਿਆ ਮਤਲਬ ਕਿ ਗਲਤ ਸ਼ਬਦ ਵਾਲੀ ਯੂਜ਼ ਕੀਤੀ ਕਿ ਉਹ ਜਿਹੜੇ ਕਿ ਬੇਧਿਆਨੇ ਦੇ ਨਾਲ ਕੇਅਰਲੈਸਲੀ ਮਤਲਬ ਕਿ ਧਿਆਨ ਦੇ ਨਾਲ ਨਾ ਕਰਨਾ ਆਪਣੀ ਜਿਹੜੀ ਕਿ ਡਰਾਈਵਿੰਗ ਕਰ ਰਿਹਾ ਫੋਰ ਅ ਮੂਮੈਂਟ ਦੇ ਵਰ ਸਾਇਲੈਂਟ ਫਿਰ ਕੁਝ ਸਮੇਂ ਦੇ ਲਈ ਉਹ ਚੁੱਪ ਕਰ ਗਏ ਅਯੋਨਾ ਟੋਲਡ ਹਿਮ ਅਯੋਨਾ ਟੋਲਡ ਥੈਮ ਤਾਂ ਅਯੋਨਾ ਨੇ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਥੈਟ ਹੀ ਸਨ ਡਾਈਡ ਲਾਸਟ ਵੀਕ ਕਿ ਉਸ ਦੇ ਬੱਚੇ ਦੀ ਉਸ ਦੇ ਸਨ ਦੀ ਬੇਟੇ ਦੀ ਲਾਸਟ ਹਫਤੇ ਡੈਥ ਹੋ ਗਈ ਦਾ ਹਮ ਬੈਕਡ ਮੈਨ ਸੈਡ ਥੈਟ ਆਲ ਮਸਟ ਡਾਈਡ ਤੇ ਜਿਹੜਾ ਕੁਬਾ ਸੀ ਉਹ ਬੋਲਿਆ ਕਿ ਹੁਣ ਅਸੀਂ ਸਾਰੇ ਹੀ ਮਾਰੇ ਜਾਵਾਂਗੇ ਵੀ ਜਿਸ ਸਮੇਂ ਨਾਲ ਤੂੰ ਜਿਹੜੇ ਕੀ ਕੈਬ ਚਲਾ ਰਿਹਾ ਦੇ ਵਾਰ ਨਾਟ ਇੰਟਰਸਟਡ ਇਨ ਦਾ ਗਰੀਫ ਆਫ ਅਯੋਨਾ ਓਵਰ ਦਾ ਡੈਥ ਆਫ ਹਿਸ ਸਨ ਤੇ ਉਹਨਾਂ ਨੇ ਵੀ ਜਿਹੜਾ ਇਹ ਉਹਨਾਂ ਦਾ ਜਿਹੜਾ ਦੁੱਖ ਸੀ ਉਹਨੂੰ ਸੁਣਨ ਦੇ ਵਿੱਚ ਕੋਈ ਦਿਲਚਸਪੀ ਨਾ ਦਿਖਾਈ ਤੇ ਉਹਦੇ ਜਿਹੜੇ ਬੇਟੇ ਦੇ ਮੌਤ ਵਾਲੇ ਦੁੱਖ ਦੇ ਵਿੱਚ ਨੈਕਸਟ ਹੈਡਿੰਗ ਅ ਪੋਰਟਰ ਮਤਲਬ ਕਿ ਕੁਲੀ ਥੈਨ ਆਯੋਨਾ ਟ੍ਰਾਈ ਟੂ ਟਾਕ ਵਿਦ ਦਾ ਪੋਰਟਰ ਹੀ ਆਸਕਡ ਹਿਮ ਦਾ ਟਾਈਮ ਤਾਂ ਇਹ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਛੱਡਣ ਤੋਂ ਬਾਅਦ ਉਹ ਤਿੰਨ ਆਦਮੀਆਂ ਨੂੰ ਜਦੋਂ ਦੱਸਣਾ ਚਾਹੁੰਦਾ ਸੀ ਬਟ ਉਹਨਾਂ ਨੇ ਨਹੀਂ ਸੁਣੀ ਉਹਦੀ ਸਟੋਰੀ ਫਿਰ ਉਹ ਉਹਨਾਂ ਨੂੰ ਜਿਹੜੇ ਕਿ ਉਹਨੂੰ ਕੁਲੀ ਦੇਜ ਕੋਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਟਾਈਮ ਪੁੱਛਦਾ ਤਾਂ ਬੋਟਰ ਟੋਲਡ ਹਿਮ ਦਾ ਟਾਈਮ ਐਂਡ ਆਸਕਡ ਹਿਮ ਟੂ ਮੂਵ ਔਨ ਤੇ ਬੋਟਰ ਨੇ ਜਿਹੜੇ ਕਿ ਇਹ ਉਹਨਾਂ ਨੂੰ ਟਾਈਮ ਦੱਸਿਆ ਤੇ ਕਿਹਾ ਕਿ ਹੁਣ ਉਹ ਅੱਗੇ ਚਲਾ ਜਾਵੇ ਐਇਓਨਾ ਰਿਅਲਾਈਜ਼ਡ ਉਹਨਾਂ ਨੇ ਜਿਹੜੇ ਕਿ ਰਿਅਲਾਈਜ਼ਡ ਕੀਤਾ ਮਹਿਸੂਸ ਕੀਤਾ ਸਮਝਿਆ ਡੈਟ ਇਟ ਵਾਸ ਅ ਯੂਸਲੈਸ ਟੂ ਟਰਨ ਟੂ ਪੀਪਲ ਟੂ ਹੈਵ ਸਿੰਪਥੀ ਫਰੋਮ ਥੈਮ ਕਿ ਇਹ ਇੱਕ ਬੇਕਾਰ ਆ ਵੀ ਲੋਕਾਂ ਦੇ ਕੋਲ ਜਾ ਕੇ ਜਿਹੜੇ ਕਿ ਆਪਣੀ ਹਮਦਰਦੀ ਸ ਲੈਣਾ ਜਾਂ ਹਮਦਰਦੀ ਉਹਨਾਂ ਨਾਲ ਸਾਂਝੀ ਕਰਨੀ ਠੀਕ ਹੈ ਯੂਸਲੈਸ ਆ ਦੈਨ ਹੀ ਲੈਫਟ ਫੋਰ ਦਾ ਯਾਰਡ ਫਿਰ ਉਹ ਜਿਹੜੇ ਕੀ ਉੱਥੋਂ ਅੱਗੇ ਚਲਾ ਜਾਂਦਾ ਤੇ ਉਹ ਤਵੇਲੇ ਵੱਲ ਚਲਾ ਜਾਂਦਾ ਠੀਕ ਹੈ ਇੰਦਾ ਯਾਰਡ ਹੀ ਟੋਲਡ ਅ ਯੰਗ ਕੈਬ ਡਰਾਈਵਰ ਤੇ ਉਥੇ ਤਵੇਲੇ ਦੇ ਵਿੱਚ ਜਿੱ ਇੱਕ ਜਿਹੜਾ ਕੀ ਯੰਗ ਨੌਜਵਾਨ ਕੈਵ ਡਰਾਈਵ ਨੂੰ ਉਹ ਆਪਣੇ ਸਟੋਰੀ ਦੱਸਦਾ ਆਪਣੇ ਬੇਟੇ ਦੀ ਅਬਾਊਟ ਹਿਸ ਸਨ ਆਪਣੇ ਸਨ ਬਾਰੇ ਦੱਸਦਾ ਪੁੱਤਰ ਬਾਰੇ ਬਟ ਹੀ ਵਾਸ ਨੋਟ ਇੰਟਰਸਟਿਡ ਤਾਂ ਉਹਨੇ ਵੀ ਕੋਈ ਕੋਈ ਦਿਲਚਸਪੀ ਨਾ ਦਿਖਾਈ ਸੋ ਹੀ ਫੈਲਟ ਡਿਸਪਾਇੰਟਡ ਦੈਨ ਹੀ బిਗਨ ਟੂ ਟੈਲ ਦਾ ਸਟੋਰੀ ਆਫ ਹਿਸ ਸਨਸ ਡੈਥ ਟੂ ਹਿਸ ਹORS ਅਗਲੇ ਦਾ ਹੈਡਿੰਗ ਤੁਸੀਂ ਸੈਵਨਥ ਦਾ ਹੈਡਿੰਗ ਇਹ ਬਣਾਉਣਾ ਹੀ ਫਾਊਂਡ ਅ ਪੇਸ਼ੀਐਂਟ ਲਿਸਨਰ ਠੀਕ ਆ ਫਾਊਂਡ ਅ ਪੇਸ਼ੀਐਂਟ ਲਿਸਨਰ ਬੈਲੋ ਤਵੇਲੇ ਦੇ ਵਿੱਚ ਜਾਂਦਾ ਤਵੇਲੇ ਦੇ ਵਿੱਚ ਜਾ ਕੇ ਜਿਹੜੇ ਕਿ ਉਹ ਇੱਕ ਨੌਜਵਾਨ ਕੈਬ ਡਰਾਈਵਰ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਕੋਈ ਧਿਆਨ ਨਹੀਂ ਦਿੰਦਾ ਫਿਰ ਉਹ ਜਿਹੜੇ ਕਿ ਇਹ ਬਹੁਤ ਜ਼ਿਆਦਾ ਡਿਸਪਾਇੰਟ ਹੋ ਜਾਂਦਾ ਉਦਾਸ ਹੋ ਜਾਂਦਾ ਕਿ ਉਹਦੀ ਕੋਈ ਸਟੋਰੀ ਨਹੀਂ ਸੁਣ ਰਿਹਾ ਆਪਣੇ ਬੇਟੇ ਦੀ ਫਿਰ ਉਹ ਆਪਣੀ ਸਟੋਰੀ ਹੀ ਹੀ ਗੇਨ ਟੂ ਟੈਲ ਦ ਸਟੋਰੀ ਆਫ ਹਿਸ ਸਨਸ ਡੈਥ ਟੂ ਹਿਸ ਹਾਰਸ ਉਹ ਆਪਣੇ ਘੋੜੇ ਨੂੰ ਹੀ ਦੱਸਣ ਨੀ ਸ਼ੁਰੂ ਕਰ ਦਿੰਦਾ ਠੀਕ ਹੈ ਦ ਲਿਟਲ ਹਾਰਸ ਲਿਸਨਡ ਅਟੈਂਟਿਵਲੀ ਟੂ ਏਓਨਾ ਜਾਂ ਕੇਅਰਫੁਲੀ ਵੀ ਲਿਖ ਸਕਦੇ ਹੋ ਠੀਕ ਹੈ ਅਟੈਂਟਿਵਲੀ ਦੀ ਥਾਂ ਤੇ ਅ ਅਟੈਂਟਿਵਲੀ ਦੀ ਥਾਂ ਤੇ ਕੇਅਰਫੁਲੀ ਵੀ ਲਿਖ ਸਕਦੇ ਹੋ ਠੀਕ ਹੈ ਜਿਹੜੇ ਛੋਟਾ ਘੋੜੇ ਸੀ ਉਹਨੇ ਬਹੁਤ ਹੀ ਧਿਆਨ ਦੇ ਨਾਲ ਇਹ ਉਹਨਾਂ ਦੀ ਸਟੋਰੀ ਸੁਣੀ ਹੀ ਫਾਊਂਡ ਅ ਪੇਸ਼ੈਂਟ ਲਿਸਨਰ ਇਨ ਦਾ ਹਾਰਸ ਤਾਂ ਜਿਹੜਾ ਆਇੋਨਾ ਸੀ ਉਹ ਇੱਕ ਲੱਭ ਰਿਆ ਸੀ ਕਿ ਕੋਈ ਪੇਸ਼ੈਂਟ ਲਿਸਨਰ ਮਿਲੇ ਜਿਹੜਾ ਕੋਈ ਵੀ ਉਹਦੀ ਸਾਰੀ ਸਟੋਰੀ ਨੂੰ ਸੁਣ ਸਕੇ ਠੀਕ ਹੈ ਉਹ ਉਹਨੂੰ ਕਿਦੇ ਵਿੱਚ ਮਿਲੇ ਇੱਕ ਘੋੜੇ ਦੇ ਵਿੱਚ ਮਿਲਿਆ ਇਕ ਜਾਨਵਰ ਦੇ ਵਿੱਚ ਮਿਲਿਆ ਜਦਕਿ ਮਨੁੱਖ ਕਿਸੇ ਵੀ ਮਨੁੱਖ ਨੇ ਉਹਦੀ ਸਟੋਰੀ ਨਾ ਸੁਣੀ ਹੀ ਟੈਲ 올 ਹਿਸ ਸਨਸ ਡੈਥ ਸਟੋਰੀ ਉਹਨੇ ਆਪਣੀ ਸਾਰੀ ਸਟੋਰੀ ਜਿਹੜੇ ਕਿ ਉਹਦੇ بیٹے ਦੀ ਉਹਨੂੰ ਸੁਣਾਈ ਹਾਰਸ ਨੂੰ ਨੈਕਸਟ ਹੈਡਿੰਗ ਇਨ ਸ਼ਾਰਟ ਦੇ ਵਿੱਚ ਤੁਸੀਂ ਲਿਖ ਕੇ ਇਓਨਾ ਇਜ਼ ਅ ਟ੍ਰੈਜਿਕ ਕੈਰੈਕਟਰ ਬਹੁਤ ਹੀ ਦਰਦ ਨਾਲ ਭਰਿਆ ਹੋਇਆ ਕੈਰੈਕਟਰ ਆ ਇਹ ਇਓਨਾ ਸਫਰਸ ਫਰਮ ਅ ਸੈਂਸ ਆਫ ਲਾਇਲਨੈਸਲੀ ਤਾਂ ਇਹ ਇੱਕ ਉਹਦੇ بیٹے ਦੀ ਡੈਥ ਦਾ ਦੁਖੀ ਦੂਜਾ ਉਹਨੂੰ ਇਹ ਵੀ ਦੁਖੀ ਕਿ ਉਹ ਇਕੱਲਾ ਬਣ ਸੇ ਕੋਈ ਵੀ ਉਹਦੇ ਹਕਲਤਾਪਣ ਨੂੰ ਦੂਰ ਨਹੀਂ ਕਰ ਰਿਹਾ ਸੀ ਉਹਦੇ ਦੁੱਖਾਂ ਨੂੰ ਸੁਣ ਕੇ ਠੀਕ ਹੈ ਇਹ ਸਟੋਰੀ ਹੈ ਥੈਂਕਸ